ਪੀਟੀ ਵਾਲਾ ਮਾਸਟਰ ਜਿਹੜਾ ਉਹ ਅੰਗਰੇਜ਼ੀ ਪੜ੍ਹਾ ਰਿਹਾ, ਪੰਜਾਬੀ ਵਾਲਾ ਮਾਸਟਰ ਮੈਥ ਪੜ੍ਹਾ ਰਿਹਾ, ਸੋਸ਼ਲ ਸਟੱਡੀ ਵਾਲਾ ਮਾਸਟਰ ਸਾਇੰਸ ਪੜ੍ਹਾ ਰਿਹਾ। ਦੇਖੇਂਗੇ ਹਮ, ਦੇਖੇਂਗੇ ਹਮ, ਕਰੇਂਗੇ ਹਮ, ਕਰਾਏਂਗੇ, ਤੇ ਮੈਨੂੰ ਡਾਟਾ ਮਿਲਣਾ ਨਹੀਂ ਕਿਉਂਕਿ ਉਹ ਨਰੋਲ ਝੂਠਦਾ ਪਲੰਦਾ ਹੈਗਾ। ਸਿਰਫ ਇੰਨਾ ਜਵਾਬ ਦੇ ਦਿਓ ਵੀ ਤੁਹਾਡੇ ਕੋਲ 94% ਦਾ ਡਾਟਾ ਹੈਗਾ ਮੇਰੇ 88 ਦੇ ਵਿੱਚ, ਹੁਣ 5178 ਵਾਲੇ ਵੀ ਦਰੀਆਂ ਤੇ ਆ ਜਾ ਰਿਹਾ। 42,500 ਤੋਂ 15,000 ਤੇ ਲੈਂਦੇ ਉਹਨਾਂ ਦਾ, ਸੋਚ ਲਓ ਕੁਛ। ਕੈਪਟਨ ਸਰਕਾਰ ਵੱਲੋਂ ਰਮਸਾ ਅਧਿਆਪਕਾਂ ਦੀ ਤਨਖਾਹ 42,000 ਤੋਂ ਘਟਾ ਕੇ 15,000 ਕਰਨ ਦਾ ਮਾਮਲਾ ਗਰਮਾਉਂਦਾ ਹੀ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਇਸ ਫੈਸਲੇ ਤੋਂ ਅਧਿਆਪਕ ਦੁਖੀ ਨੇ, ਉੱਥੇ ਹੀ ਹੁਣ ਵਿਰੋਧੀ ਵੀ ਕੈਪਟਨ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਚੁੱਕ ਰਹੇ ਨੇ। ਹੁਣ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਪਹੁੰਚੇ। ਬੈਂਸ ਨੇ ਮੀਡੀਆ ਦੇ ਸਾਹਮਣੇ ਕ੍ਰਿਸ਼ਨ ਕੁਮਾਰ ਤੋਂ ਤਿੱਖੇ ਸਵਾਲ ਪੁੱਛੇ ਨੇ, ਨਾਲ ਹੀ ਅਧਿਆਪਕਾਂ ਦੇ ਡਾਟੇ ਦੀ ਵੀ ਮੰਗ ਕੀਤੀ ਹੈ, ਪਰ ਬੈਂਸ ਨੂੰ ਉਹਨਾਂ ਨੇ ਡਾਟਾ ਨਹੀਂ ਦਿੱਤਾ। ਇਸ ਮੌਕੇ ਬੈਂਸ ਨੇ ਕਿਹਾ ਕਿ ਜੇਕਰ ਤੁਹਾਡੀ ਤਨਖਾਹ 42,000 ਤੋਂ ਘਟਾ ਕੇ 15,000 ਕਰ ਦਿੱਤੀ ਜਾਵੇ, ਕੀ ਤੁਸੀਂ ਇੰਨੀ ਘੱਟ ਤਨਖਾਹ ਲੈ ਲਵੋਗੇ? ਪਰ ਸਿੱਖਿਆ ਸਕੱਤਰ ਬੈਂਸ ਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ। ਡੇਟਾ ਜੀ ਇੱਦਾਂ ਹੈ ਜੀ, ਉਹ ਆਏ ਚੈੱਕ ਦਾ ਉੱਤਰ ਚੱਲਦਾ, ਮੈਂ ਮੰਤਰੀ ਜੀ ਨਾਲ ਵੀ ਗੱਲ ਕੀਤੀ ਹੈ ਔਰ ਲੀਗਲ ਉਹ ਵੀ ਦੇਖਿਆ, ਪ੍ਰੋਸੀਜਰ ਵੀ ਦੇਖਿਆ। ਤੁਸੀਂ ਰਿਕੁਐਸਟ ਦੇ ਦਿਓ, ਅਸੀਂ ਰਿਕੁਐਸਟ ਨੂੰ ਪ੍ਰੋਸੈਸ ਕਰਕੇ ਮੰਤਰੀ ਜੀ ਦੇ ਕੋਲ ਆਉਣ ਦੀ ਬਣ ਚਾਹੁੰਦੇ ਹਾਂ। ਦੀ ਫਾਈਲ ਐਸ ਟੂ ਪਿਲਰ ਖੜਾ, ਮੈਂ ਇਹਦੀ ਹਾਜ਼ਰੀ 'ਚ ਕਹਿ ਰਿਹਾ ਜੀ, ਤੁਸੀਂ ਡਾਟਾ ਦੇਣਾ ਨਹੀਂ। ਨਹੀਂ ਉਹ ਅਸੀਂ ਦੇਵਾਂਗੇ ਜੀ, ਬਿਲਕੁਲ ਮੈਂ ਲਿਖ ਕੇ ਦੇ ਦਿੰਦਾ ਤੁਹਾਨੂੰ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ। ਬਟ ਲਿਖਣ ਤੋਂ ਬਾਅਦ ਇਹ ਹੈਗੀ ਆ ਦਫ਼ਤਰੀ ਬਾਬੂਆਂ ਵਾਲੀ ਗੱਲ, ਮੈਂ ਤੁਹਾਨੂੰ ਲਿਖ ਕੇ ਦੇ ਦੇਣਾ, ਹਮ ਦੇਖੇਂਗੇ ਹਮ, ਦੇਖੇਂਗੇ ਹਮ, ਕਰੇਂਗੇ ਹਮ, ਕਰਾਏਂਗੇ, ਤੇ ਮੈਨੂੰ ਡਾਟਾ ਮਿਲਣਾ ਨਹੀਂ ਕਿਉਂਕਿ ਉਹ ਨਰੋਲ ਝੂਠ ਦਾ ਪਲੰਦਾ ਹੈਗਾ, ਟੋਟਲ ਝੂਠ ਦਾ ਪਲੰਦਾ। ਇਸ ਤਰ੍ਹਾਂ ਜੀ ਸਰ, ਮੈਂ ਨਾ ਤੁਹਾਨੂੰ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਰਿਕੁਐਸਟ ਕਰਕੇ ਗਿਆ ਸੀ ਰਿਸਪੈਕਟਫੁਲੀ, ਤੁਹਾਡਾ ਨਾਮ ਕ੍ਰਿਸ਼ਨ ਕੁਮਾਰ ਹੈਗਾ, ਅਸੀਂ ਚਾਹੁੰਦੇ ਹਾਂ ਤੁਸੀਂ ਕੰਮ ਕ੍ਰਿਸ਼ਨ ਜੀ ਵਾਲੇ ਕਰੋ, ਨਾਮ ਦੀ ਗਰੀਮਾ ਨੂੰ ਵਧਾਓ। ਤੁਸੀਂ ਅੱਜ ਸਾਡੇ ਟੈਟਸ ਪਾਸ ਬੱਚੇ ਬੱਚੀਆਂ ਪਾਟੀਆਂ ਦਰੀਆਂ ਤੇ ਬੈਠੇ ਆ, ਤੰਬੂ ਹੈ ਨਹੀਂ ਉਹਨਾਂ ਦੇ ਸਿਰ ਉੱਤੇ, ਸਾਡੇ ਗਰੀਬ ਦੇ ਬੱਚੇ 10 ਦਿਨ ਹੋ ਗਏ ਸਕੂਲ ਨਹੀਂ ਜਾ ਰਹੇ, ਗਰੀਬ ਦੇ ਕੋਲੇ ਪੈਸੇ ਹੈ ਨਹੀਂ ਪ੍ਰਾਈਵੇਟ ਸਕੂਲ ਮਾਫੀਆ ਨੂੰ ਦੇਣ ਵਾਸਤੇ, 42,500 ਰੁਪਏ ਵਾਲਾ 25,000 ਰੁਪਇਆ ਕਿਸੇ ਨੇ 20,000 ਰੁਪਇਆ ਕਿਸ਼ਤ ਮਕਾਨ ਦੀ ਭਰਨੀ ਆ, ਕਿਸਾਨ ਖੁਦਕੁਸ਼ੀਆਂ ਤੋਂ ਬਾਅਦ ਦੇ ਵਿੱਚ ਟੀਚਰ ਖੁਦਕੁਸ਼ੀਆਂ ਦਾ ਮਾਹੌਲ ਪੰਜਾਬ ਦੇ ਵਿੱਚ, ਕਿਰਪਾ ਕਰਕੇ ਨਾ ਸਿਰ ਚੋ। ਮੈਂ ਤੁਹਾਨੂੰ ਫੇਰ ਕਹਿੰਦਾ, ਮੈਂ ਲਿਖ ਕੇ ਦੇ ਜਾਂਦਾ, ਤੁਸੀਂ ਮੈਨੂੰ ਦੇਣਾ ਨਹੀਂ, ਨਾਲ ਮੈਂ ਤੁਹਾਨੂੰ ਮੀਡੀਆ ਦੀ ਹਾਜ਼ਰੀ ਚ ਇਹ ਵੀ ਕਹਿ ਦੇਣਾ ਵੀ ਉਹ ਡਾਟਾ ਮੈਨੂੰ ਮਿਲਣਾ ਨਹੀਂ ਗਾ। ਨਹੀਂ ਮਿਲਣਾ ਨਹੀਂ ਮਿਲਣਾ ਵੀ ਪ੍ਰੋਸੈਸ ਹੈ ਸਾਡੇ ਰੂਲਸ, ਮੇਰੀ ਫਿਰ ਸਮਝ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ, ਮੈਂ ਇਸ ਗੱਲ ਦਾ ਜਵਾਬ ਤੁਹਾਡੇ ਕੋਲ ਲੈਣਾ, ਤੁਹਾਡੀ ਪ੍ਰਪੋਜ਼ਲ ਗਈ, ਉਹ ਪ੍ਰਪੋਜ਼ਲ ਡਾਟਾ ਬੇਸਡ, ਸੀਐਮ ਨੇ ਵੱਖ ਵੱਖ ਪ੍ਰੈਸ ਮੀਡੀਆ ਪਰਸਨ ਨੂੰ ਕਈ ਜਗ੍ਹਾ ਬੋਲੀ, ਵਿਦਿਆ ਮੰਤਰੀ ਜੀ ਨੇ ਕਈ ਜਗ੍ਹਾ ਬੋਲੀ, ਉਸ ਡਾਟਾ ਦੀ ਆਫਿਸ ਕਾਪੀ, ਸੁਰੱਖਿਆ ਨਾਲ ਜੁੜਿਆ ਮਸਲਾ ਹੋਵੇ ਮੈਂ ਕਦੇ ਨਾ ਮੰਗਾਂ, ਵੀ ਇਹ ਸਾਡੇ ਦੇਸ਼ ਦੀ ਤੇ ਸੂਬੇ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਵੀ ਇਹ ਨਹੀਂ ਮੈਂ ਮੰਗਣਾ। ਤੁਸੀਂ ਇੱਕ IAS ਸੈਕਟਰੀ ਐਜੂਕੇਸ਼ਨ, ਤੁਹਾਡੇ ਕੋਲ ਇੱਕ MLA ਇਸ ਵਾਸਤੇ ਦੂਸਰੀ ਵਾਰੀ ਆਇਆ, 2:30 ਵਜੇ ਪਹਿਲਾਂ ਆਇਆ ਤੇ ਹੁਣ ਤੁਹਾਡੇ ਕੋਲ ਦੁਬਾਰਾ ਆਇਆ ਵੀ ਮੈਨੂੰ ਉਹ ਡਾਟੇ ਦੀ ਕਾਪੀ ਦੇ ਦਿਓ, ਜਿੱਥੇ ਤੱਕ ਤੁਹਾਡੇ ਕੋਲ ਸੁਰੱਖਿਆ ਹੋਵੇ ਦੇਸ਼ ਜਾਂ ਸੂਬੇ ਦੀ, ਮੈਂ ਨਾ ਮੰਗਾ ਸਾਹਿਬ ਤੁਹਾਡੇ ਕੋਲੋਂ। ਮੇਰੀ ਜੀ MLA ਸਾਹਿਬ ਬੇਨਤੀ ਹੈ, ਤੁਸੀਂ ਪਹਿਲੀ ਵਾਰੀ ਆਏ ਹੋ, ਤੁਸੀਂ ਸੁਬਹ ਦੁਪਹਿਰੇ ਵੇਲੇ ਆਏ, ਮੈਂ ਤਾਂ ਆਪਣਾ ਹਾਈਕੋਰਟ ਜਾਣਾ ਸੀ, ਇਹ ਕੇਸ ਵਾਸ ਫਿਕਸ, ਠੀਕ ਹੈ ਜੀ, ਤੇ ਇਸ ਕਰਕੇ ਮੈਨੂੰ ਜਾਣਾ ਪਿਆ, ਉਹ ਤੋਂ ਮੈਂ ਜਾਊਂਗਾ। ਜੇ ਤੁਸੀਂ ਜਾਣਾ ਸੀ, ਮੈਂ ਤੁਹਾਨੂੰ ਕਿਹਾ ਤੁਹਾਡਾ ਇੰਪੋਰਟੈਂਟ ਇਸ਼ੂ ਹੈਗਾ, ਜਾ ਕੇ ਆਓ। ਤੁਸੀਂ ਮੈਨੂੰ ਕਿਹਾ ਵੀ ਆਪਾਂ 3 ਤੋਂ 3:30 ਤੋਂ ਚਾਰ ਆ ਗਿਆ, ਮੈਂ ਸਟੇਟ ਵੇ ਵੀ ਸਿੱਧਾ ਆਇਆ। ਮੈਂ ਤੁਹਾਨੂੰ ਇਹ ਕਹਿੰਦਾ ਵੀ ਉਸ ਡਾਟਾ ਦੇ ਵਿੱਚ ਕੀ ਇਦਾਂ ਦਾ ਹੈਗਾ ਜਿਹੜਾ ਤੁਸੀਂ ਮੈਨੂੰ ਦੇਣ ਤੋਂ ਆਫਿਸ ਕਾਪੀ, 1-2 ਮਿੰਟ ਲੱਗਣਾ, ਤੁਸੀਂ ਮੇਰੇ ਮੋਬਾਈਲ ਤੇ ਸੈਂਡ ਕਰੋ, ਮੈਂ ਜਾਵਾਂ। ਮੈਂ ਬਿਲਕੁਲ ਨਿਯਮ ਔਰ ਰੂਲ ਪ੍ਰੋਸੀਜਰ ਦੇ ਹਿਸਾਬ ਨਾਲ ਚੱਲਣਾ ਜੀ, ਮੈਨੂੰ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਵੀ, ਮੈਂ ਜ਼ਬਾਨੀ ਕਹਿਣ ਤੇ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਦੇ ਦੇਵਾਂ। ਅੱਛਾ, ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ, ਮੈਨੂੰ ਰਾਈਟਿੰਗ ਚ ਦੇ ਦਿਓ, ਮੈਂ ਕਹਿੰਦਾ ਮੈਂ ਇੱਕ ਗੱਲ ਦਾ ਜਵਾਬ ਦੇ ਦਿਓ, ਤੁਹਾਡੇ ਕੋਲੇ 94% ਟੀਚਰਾਂ ਦੀ ਪ੍ਰਵਾਨਗੀ ਦਾ ਡਾਟਾ ਹੈਗਾ ਮੇਰੇ ਕੋਲ, ਜੋ ਵੀ ਕੁਝ ਹੈਗਾ ਆਫਿਸ ਰਿਕਾਰਡ ਦੇ ਵਿੱਚ। ਤੁਸੀਂ ਹੁਣ ਦੱਸੋ, ਤੁਸੀਂ ਕੈਬਨਿਟ ਮੀਟਿੰਗ ਨੇ ਤੁਹਾਡੇ ਡਾਟਾ ਬੇਸਡ, ਕੈਬਨਿਟ ਮੀਟਿੰਗ ਚ ਮੈਂ ਨਹੀਂ, ਮੇਰੀ ਗੱਲ ਸੁਣੋ, ਤੁਸੀਂ ਨਹੀਂ ਸਕੇ, ਮੈਨੂੰ ਪਤਾ ਉੱਥੇ ਕੋਈ ਸਕੱਤਰ ਨਹੀਂ ਜਾ ਸਕਦਾ, ਕੈਬਨਿਟ ਦੀ ਮੀਟਿੰਗ ਦੇ ਵਿੱਚ ਤੁਹਾਡੇ ਦੁਆਰਾ ਦਿੱਤੇ ਹੋਏ ਡਾਟੇ ਦੇ ਉੱਤੇ ਬਹਿਸ ਹੋਈ, ਬਹਿਸ ਤੋਂ ਬਾਅਦ ਪਾਸ ਹੋ ਗਿਆ ਵੀ 42,500 ਵਾਲੇ ਨੂੰ ਚੱਕ ਕੇ 15,000 ਤੇ ਲੈ ਆਓ। ਤੁਸੀਂ ਮੈਨੂੰ ਇੱਕ ਗੱਲ ਦਾ ਇੰਨਾ ਜਵਾਬ ਦੇ ਦਿਓ, ਡਾਟਾ ਤਾਂ ਨਹੀਂ ਦੇਣਾ ਤੁਸੀਂ ਮੈਨੂੰ, ਮੈਂ ਲਿਖ ਕੇ ਦੇ ਕੇ ਜਾਊਂਗਾ, ਡਾਟਾ ਦੇਣਾ ਨਹੀਂ, ਤੁਸੀਂ ਮੈਨੂੰ ਸਿਰਫ ਇੰਨਾ ਜਵਾਬ ਦੇ ਦਿਓ ਵੀ ਤੁਹਾਡੇ ਕੋਲੇ 94% ਦਾ ਡਾਟਾ ਹੈਗਾ ਮੇਰੇ ਕੋਲ, 88 ਦੇ ਵਿੱਚ ਮੇਰੇ ਕੋਲ ਜੋ ਵੀ ਡੇਟਾ ਹੈਗਾ, ਇਹ ਡੇਟਾ ਜਾਂ ਕੋਈ ਹੋਰ ਡੇਟਾ
ਉਹ ਮੈਂ ਬਿਨਾਂ ਮੰਤਰੀ ਜੀ ਦੀ ਪ੍ਰਵਾਨਗੀ ਦੇ ਬਗੈਰ ਮੈਂ ਕਹਿੰਦਾ ਉਹਦਾ ਗੱਲ ਅਲੱਗ ਹੋ ਗਿਆ ਨਾ ਜੀ, ਉਹ ਤਾਂ ਸੈਕੰਡ ਸਬਜੈਕਟ ਹੋ ਗਿਆ, ਪਹਿਲਾ ਸਬਜੈਕਟ ਹੈਗਾ ਤੁਹਾਡੇ ਕੋਲੇ ਉਹ 94% 8886 ਦਾ 94% ਪ੍ਰਵਾਨਗੀ ਦਾ ਡਾਟਾ ਹੈਗਾ ਤੁਸੀਂ ਭੇਜਿਆ ਸਰਕਾਰ ਉਹ ਆਫਿਸ ਆਫਿਸ ਜੋ ਕੁਛ ਸਰ ਭੇਜਿਆ ਜਾਂ ਨਹੀਂ ਭੇਜਿਆ, ਮੈਂ ਅਕਾਊਂਟੇਬਲ ਉਹਦੇ ਲਈ ਹਾਂ ਜੋ ਮੈਂ ਕੈਬਨਿਟ ਨੂੰ ਮੈਮੋਰੈਂਡਮ ਭੇਜਿਆ, ਦੈਟ ਮੈਮੋਰੈਂਡਮ ਇਜ਼ ਔਨ ਦਾ ਰਿਕਾਰਡ, ਤੁਸੀਂ ਕੈਬਨਿਟ ਦੀ ਬ੍ਰਾਂਚ ਦੇ ਵਿੱਚ ਹੈ, ਤੁਸੀਂ ਇੱਕ ਲੋਕਾਂ ਦੇ ਚੁਣੇ MLA ਨੂੰ ਕਿ ਇਹ ਉੱਤਰ ਦੇਣ ਦਾ ਪ੍ਰੋਟੋਕੋਲ ਨਹੀਂ ਰੱਖ ਸਮਝਦੇ ਨਹੀਂ ਹੈ, ਮੇਰੇ ਹਿਸਾਬ ਨਾਲ ਮੇਰੀ ਸਮਝ ਮੁਤਾਬਿਕ ਇਹ ਪ੍ਰੋਟੋਕੋਲ ਹੈ ਕਿ ਮੈਂ ਇਨਫੋਰਮੇਸ਼ਨ ਹਮੇਸ਼ਾ ਮੈਂ ਤੁਹਾਡੇ ਕੋਲ ਇਨਫੋਰਮੇਸ਼ਨ ਸਰ ਮੰਗ ਰਿਹਾ, ਤੁਸੀਂ ਮੈਨੂੰ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰ ਰਹੇ, ਮੈਂ ਨਾ ਮੈਨੂੰ ਮੂੰਹ ਜਵਾਨੀ ਦੇ ਦਿਓ, ਮੈਨੂੰ ਆ ਸਾਥੀਆਂ ਦੇ ਸਾਰਾ ਯਕੀਨ ਹੈਗਾ, ਮੈਂ ਰਾਈਟਿੰਗ 'ਚ ਦਊਂਗਾ, ਮੈਂ ਜਵਾਨੀ ਇਨਫੋਰਮੇਸ਼ਨ ਨਹੀਂ ਦਊਂਗਾ, ਤੁਸੀਂ ਮੇਰੇ ਤੋਂ ਰਾਈਟਿੰਗ 'ਚ ਮੰਗੋ, ਮੈਂ ਤੁਹਾਨੂੰ ਰਾਈਟਿੰਗ 'ਚ ਦੇ ਸਕਦਾ, ਰਾਈਟਿੰਗ 'ਚ ਦਊਂਗਾ ਔਰ ਨਿਯਮ ਪ੍ਰੋਸੀਜਰ ਫੋਲੋ ਕਰਕੇ ਦਊਂਗਾ, ਆਈ ਕੈਨੋਟ ਗਿਵ ਐਨੀ ਇਨਫੋਰਮੇਸ਼ਨ ਵਿਦਆਊਟ ਦੀ ਅਪਰੂਵਲ ਆਫ ਦੀ ਮਿਨਿਸਟਰ। ਸਰ ਤੁਸੀਂ ਪਹਿਲਾਂ ਤਾਂ 8886 ਵਾਲੇ ਦਰੀਆਂ ਤੇ ਬੈਠੇ ਆ, ਹੁਣ 5278 ਵਾਲੇ ਵੀ ਦਰੀਆਂ ਤੇ ਆ ਜਾਣੇ ਆ, ਦੈਟ ਇਜ਼ ਅਸੀਂ ਮੈਂ ਕਹਿੰਦਾ ਜੀ ਤੁਸੀਂ ਤਾਂ ਕਹਿਤਾ ਵੀ ਦੈਟ ਇਜ਼ ਅਸੀਂ ਮੰਨ ਲਾਂਗੇ, ਦੈਟ ਇਜ਼ ਅਸੀਂ ਤਾਂ ਅਪੋਜੀਸ਼ਨ ਦੇ ਵਿੱਚ ਹੈਗੇ ਅਸੀਂ ਕਿਹੜਾ, ਸਰ ਪਲੀਜ਼ ਲਿਸਨ ਮੀ, ਸਰ ਸੁਣੋ, 5278 ਵਾਲੇ 2017 ਨਵੰਬਰ ਪ੍ਰੋਬੇਸ਼ਨ ਪੀਰੀਅਡ ਖਤਮ ਕਰ ਚੁੱਕੇ, ਉਹਨਾਂ ਦਾ ਕੀ ਕਸੂਰ ਹੈਗਾ? ਜੋ ਵੀ ਤੁਸੀਂ ਕਹਿਣਾ ਹੈ, ਜੋ ਵੀ ਤੁਸੀਂ ਮੰਗਣਾ ਹੈ, ਯੂ ਪਲੀਜ਼ ਗਿਵ ਇਨ ਰਾਈਟਿੰਗ, ਮੰਤਰੀ ਜੀ ਦੇ ਅਪਰੂਵਲ ਕਰਕੇ ਮੰਗ ਕਰਵਾ ਕੇ ਆਈ ਵਿਲ ਗਿਵ ਦੀ ਆਨਸਰ। ਤੁਸੀਂ ਸਿਰਫ ਤੇ ਸਿਰਫ ਮਤਲਬ ਕਿ ਇੱਕ ਮੰਤਰੀ ਨੂੰ ਜਵਾਬ ਦੇ ਹੋ, ਯੈਸ, MLA ਨੂੰ ਕਿਸੇ ਨੂੰ ਕੋਈ ਜਵਾਬ ਦੇ ਨਹੀਂ ਹੈ, ਆਈ ਐਮ ਬਾਉਂਡ ਬਾਈ ਰੂਲਸ, ਮੈਂ ਰੂਲ ਦੇ ਮੁਤਾਬਿਕ ਹਾਂ, ਮੈਂ ਨਹੀਂ ਤੁਹਾਨੂੰ ਦੇ ਸਕਦਾ ਜੀ ਇਨਫੋਰਮੇਸ਼ਨ, ਮੈਂ ਇਨਫੋਰਮੇਸ਼ਨ ਜੇ ਮੈਂ ਦਊਂਗਾ ਤੇ ਮੈਂ ਮੰਤਰੀ ਜੀ ਪ੍ਰਵਾਨਗੀ ਦੇ ਨਾਲ ਦਊਂਗਾ, ਮੈਂ ਉਦਾਂ ਇਨਫੋਰਮੇਸ਼ਨ ਨਹੀਂ ਦੇ ਸਕਦਾ। ਬਹੁਤ ਵੱਡੀ ਇਨਫੋਰਮੇਸ਼ਨ ਆ ਜਿਹੜੀ ਤੁਸੀਂ ਇੰਨਾ ਜਿੱਦ ਕਰ ਰਹੇ ਹੋ ਵੀ ਮੈਂ ਇਨਫੋਰਮੇਸ਼ਨ ਦੇਣੀ ਨਹੀਂ, ਜਾਂ ਇਹਦੇ ਪਿੱਛੇ ਬਿਲਕੁਲ ਸਫੇਦ ਝੂਠ ਹੈ, ਕੁਝ ਵੀ ਹੈ ਜੋ ਤੁਹਾਡੇ ਸਾਹਮਣੇ ਆ ਜਾਏਗਾ, ਮੈਂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ ਜੀ। ਹੁਣ ਮੈਨੂੰ ਆਹ ਦੂਸਰੀ ਗੱਲ ਦਾ ਵੀ ਦਿਓ ਜਵਾਬ, 5278 ਜਿਹੜੇ ਹੈਗੇ ਆ, 5278 ਕੈਟਾਗਰੀ ਵਾਲੇ, ਪ੍ਰੋਵੀਸ਼ਨ ਪੀਰੀਅਡ 2017 ਨਵੰਬਰ ਦੇ ਵਿੱਚ ਇਹਨਾਂ ਦਾ ਪੂਰਾ ਹੋ ਚੁੱਕਿਆ, ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਦੇ ਵਿੱਚ ਜੇ ਇਹ ਸੜਕਾਂ ਦਰੀਆਂ ਤੇ ਆ ਗਏ, ਸਕੂਲ ਕਿਵੇਂ ਚੱਲਣਗੇ? ਸਕੂਲ ਬਿਲਕੁਲ ਸਮੂਥਲੀ ਚੱਲ ਰਹੇ ਮੇਰੀ ਸਮਝ, ਸਰ ਅਸੀਂ ਗ੍ਰਾਸ ਰੂਟਰ ਆ, ਚੰਡੀਗੜ੍ਹ ਦੇ ਵਿੱਚ ਆ ਕੇ ਸੁਖਨਾ ਦੀ ਸੈਰ ਕਰਨ ਵਾਲੇ MLA ਨੇ, ਸਾਡੀ ਕੋਲ ਚੰਗੀ ਤਰ੍ਹਾਂ ਚੱਲ ਰਹੇ ਆ ਨਾ, ਉਹ ਚੱਲ ਰਹੇ ਸੀ ਆ ਟੈਟ ਪਾਸ ਬੱਚੇ ਬੱਚੀਆਂ ਕਰਕੇ, ਸਾਡੇ ਕੋਲ ਸਕੂਲਾਂ ਦੇ ਅੰਦਰ, ਤੁਹਾਡਾ ਧੰਨਵਾਦ ਕਰੂੰਗਾ, ਜਦੋਂ ਦਾ ਟੈਟ ਪਾਸ ਟੀਚਰ ਆਏ ਸੀ ਵਿਦਿਅਕ ਮਿਆਰ ਏਦਾਂ ਆ ਗਿਆ ਸੀ ਉਸ ਤੇ, ਇਸ ਤਰ੍ਹਾਂ ਹੈ ਇਹ ਟੈਟ ਪਾਸ ਹੈ ਜਾਂ ਨਹੀਂ ਹੈ ਉਹ ਰਿਕਾਰਡ ਦੀ ਗੱਲ ਹੈ, ਉਹ ਬਿਲਕੁਲ ਹੋਣਗੇ, ਮੈਂ ਕਦੀ ਨਾ ਨਹੀਂ ਕਰਦਾ ਉਹਨੂੰ, ਔਰ ਜਿਹਦੀ ਜੋ ਕੁਆਲੀਫਿਕੇਸ਼ਨ ਉਹ ਹੈ ਉਹਦੇ ਵਿੱਚ, ਮੈਂ ਥੋੜਾ ਨਾ ਕਰਦਾ, ਮੈਂ ਇਹਨੂੰ ਚੈਲੰਜ ਤਾਂ ਨਹੀਂ ਕਰਦਾ, ਪਰ ਜੋ ਵੀ ਹੈ ਉਹਦੇ ਵਿੱਚ ਹੈ, ਇਹ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਲਿਖ ਕੇ ਦੇ ਦਿਓ, ਤੁਸੀਂ ਮੈਨੂੰ ਡਾਟਾ ਨਹੀਂ ਦੇਣਾ, ਮੈਂ ਨਾਲੇ ਵੀ ਤੁਹਾਨੂੰ ਲਿਖ ਕੇ ਦੇ ਦਿੰਦਾ ਸਾਰੇ ਮੀਡੀਆ ਦੀ ਹਾਜ਼ਰੀ, ਜੋ ਵੀ ਦੇਣਾ ਜੀ ਲਿਖ ਕੇ ਦੇ ਦਿਓ, ਵਟ ਐਵਰ ਯੂ ਫੀਲ। ਹੁਣ ਦੂਜੀ ਬੇਨਤੀ ਸਾਡੀ ਪੰਜਾਬੀਆਂ ਦੀ ਸੁਣ ਲਓ ਜੀ, ਦੂਜੀ ਸਾਡੀ ਸਨਿਮਰ ਬੇਨਤੀ ਆ, ਕਿਰਪਾ ਕਰਕੇ ਉਹ ਜਿਹੜੇ 42,500 ਤੋਂ 15,000 ਤੇ ਲੈਂਦੇ ਉਹਨਾਂ ਦਾ ਸੋਚ ਲਓ ਕੁਛ, ਗਰੀਬ ਦੇ ਬੱਚਿਆਂ ਦੀ ਪੜ੍ਹਾਈ ਦਾ ਸੋਚ ਲਓ ਬ੍ਰਦਰ, ਮੈਂ ਸੁਣ ਕੇ ਹਟਿਆ, ਜਿਹੜੇ ਲੋਕਲ ਪੱਤਰਕਾਰ ਬੈਠੇ ਹੋ ਕਹਿੰਦੇ ਸਾਹਿਬ 9-9 ਵਜੇ ਤੱਕ ਬੈਠਦੇ ਆ ਰਾਤ ਨੂੰ, ਇੰਨੀ ਮਿਹਨਤ ਕਰਦੇ ਹੋ ਤੇ ਪੋਜ਼ਿਟਿਵ ਵਾਲੇ ਪਾਸੇ ਨੂੰ ਕਰੋ ਜੀ, ਇਸ ਤਰ੍ਹਾਂ ਸਾਡੇ ਸਿੱਖਿਆ ਦਾ ਤਾਣਾ ਬਾਣਾ ਅੱਛਾ ਮਜ਼ਬੂਤ ਕਰੋ, ਜਿਹੜਾ ਤੁਸੀਂ ਹੁਣ ਨਿਯਮ ਫੜ ਲਿਆ ਨਾ, ਇਹ ਨਿਯਮ ਪਲੀਜ਼ ਛੱਡ ਕੇ ਸਰਕਾਰ ਨੂੰ ਅੱਛੀ ਰਹਿ ਦਿਓ। ਮੇਰੀ ਹੰਬਲ ਸਬਮਿਸ਼ਨ ਹੈ ਜੀ ਕਿ ਜੋ ਵੀ ਡਿਸੀਜਨ ਹੁੰਦੇ ਆ ਸਰਕਾਰ ਦੇ ਡਿਸੀਜਨ ਹੁੰਦੇ ਆ, ਇਹ ਕਿਸੇ ਇੰਡੀਵਿਜੁਅਲ ਦਾ ਇੱਕ ਸੈਕਟਰੀ ਆ ਇੱਕ ਕ੍ਰਿਸ਼ਨ ਕੁਮਾਰ ਦਾ ਡਿਸੀਜਨ ਨਹੀਂ ਹੁੰਦਾ, ਪ੍ਰਪੋਜ਼ਲ ਕ੍ਰਿਸ਼ਨ ਕੁਮਾਰ ਜੀ ਪ੍ਰਪੋਜ਼ਲ ਜਿਹੜੀ ਆ ਬਾਬੂਗਿਰੀ ਬਣਾ ਕੇ ਭੇਜੀ ਆ, ਦੂਜੀ ਗੱਲ ਅਸੀਂ ਸਾਰਾ ਜਾਣਦੇ ਆ, ਪ੍ਰਪੋਜ਼ਲ ਤੁਹਾਡੇ ਵੱਲੋਂ ਬਣ ਕੇ ਜਾਣੀ ਹੈ ਜੀ। ਇੱਕ ਮਿੰਟ ਸਰ, ਮੇਰੀ ਮਾਈ ਹੰਬਲ ਸਬਮਿਸ਼ਨ ਇਜ਼, ਮੇਰਾ ਕੰਮ ਔਰ ਮੇਰੀ ਡਿਊਟੀ ਹੈ, ਮੈਨੂੰ ਜੋ ਤਨਖਾਹ ਮਿਲਦੀ ਹੈ ਉਹ ਇਸ ਗੱਲ ਦੀ ਮਿਲਦੀ ਹੈ ਕਿ ਮੈਂ ਆਪਣੀ ਸਮਝ ਦੇ ਮੁਤਾਬਿਕ ਜੋ ਮੈਨੂੰ ਠੀਕ ਲੱਗਦਾ ਹੈ ਔਰ ਜੋ ਸਰਕਾਰ ਦਾ ਨਿਯਮ ਹੈ, ਰੂਲ ਹੈ, ਕਾਨੂੰਨ ਹੈ, ਉਸ ਦੇ ਮੁਤਾਬਿਕ ਉਸ ਦੇ ਤਰਕ ਸੰਗਤ ਬਣਾ ਕੇ ਮੈਂ। ਅੱਛਾ ਕ੍ਰਿਸ਼ਨ ਕੁਮਾਰ ਜੀ, ਨੋਬਡੀ ਕੈਨ ਆਸਕ ਮੀ, ਸਰਕਾਰ ਦੇ ਰੂਲ ਮੁਤਾਬਕ, ਸਰਕਾਰ ਦੇ ਨਿਯਮਾਂ ਮੁਤਾਬਕ, ਸਰਕਾਰ ਰੂਲ ਤੇ ਨਿਯਮ ਛਿੱਕੇ ਟੰਗ ਕੇ ਤੁਹਾਡੀ ਤਨਖਾਹ 42,500 ਹੋਵੇ ਤੇ 15,000 ਕਰ ਦੇਵੇ ਇਫ ਦੇਰ ਇਜ਼ ਅ ਰੂਲ ਪਰਮਿਟ, ਸਰਕਾਰ ਕਰ ਦੇਵੇ। ਇਹ ਟੀਚਰਾਂ ਵਾਸਤੇ ਰੂਲ ਸੀਗਾ, ਮੈਂ ਕਹਿੰਦਾ ਕਰ ਦੇਵੇ, ਮੈਨੂੰ ਪਤਾ ਨਾ ਪੂਰੀ ਦੁਨੀਆ ਦੇ ਅੰਦਰ ਐਸਾ ਰੂਲ ਹੈ ਨੀਗਾ, ਤੁਹਾਡੀ ਤਨਖਾਹ ਦਾ ਇੱਕ ਹੋਰ ਵਾਲਾ ਪੈਸਾ ਵੀ ਘੱਟ ਨਹੀਂ ਹੋ ਸਕਦਾ। ਇੱਕ ਮਿੰਟ ਜੋ ਮੈਂ ਰੂਲ ਦੇ ਮੁਤਾਬਿਕ, ਮੈਂ ਬੇਰੂਲ ਦੀ ਕੋਈ ਤਨਖਾਹ ਨਹੀਂ, ਤੇ ਮੈਂ ਤਾਂ ਅੱਗੇ ਕਹਿੰਦਾ ਵੀ ਉਹ ਰੂਲ ਹੈ ਹੀ ਨੀਗਾ, ਉਹ ਟੀਚਰਾਂ ਤੇ ਕਿਉਂ ਆਇਆ? ਨਹੀਂ, ਰੂਲ ਦੇ ਮੁਤਾਬਿਕ ਤੁਹਾਨੂੰ ਤਨਖਾਹ ਮਿਲਦੀ ਹੈ, ਉਹ ਵੀ ਸਰ ਮੈਂ ਅੱਗੇ ਕਹਿ ਰਿਹਾ ਕਰ ਰਹੇ ਪਰ ਤੁਸੀਂ ਕੰਮ ਨਹੀਂ ਕਰ ਰਹੇ, ਮੈਂ ਹੋਰ ਕੀ ਆ ਕੇ ਹਟਿਆ, ਇਹ ਲੋਕਾਂ ਨੇ ਕਰ ਰਹੇ ਆ, ਤੁਸੀਂ ਮੇਰੀ ਗੱਲ ਨੂੰ ਜਿਹੜੀ ਤੁਹਾਨੂੰ ਪਾਸੇ ਲੱਗ ਗਈ, ਮੈਂ ਕਹਿ ਰਿਹਾ ਕਿ ਉਹ ਰੂਲ ਹੈ ਹੀ ਨੀਗਾ ਵੀ ਕਿਸੇ ਸਰਕਾਰੀ ਮੁਲਾਜ਼ਮ ਦਾ ਇੱਕ ਨਵਾਂ ਬੋਰੀ ਵਾਲਾ ਪੈਸਾ ਵੀ ਜਿਹੜਾ ਘੱਟ ਕੀਤਾ ਜਾ ਸਕੇ, ਨਹੀਂ ਹੈਗਾ।
ਕ੍ਰਿਸ਼ਨ ਕੁਮਾਰ ਜੀ ਨੂੰ ਮਿਲਾਂਗੇ ਸਿੱਖਿਆ ਸਕੱਤਰ ਨੂੰ ਜੀ ਆਇਆਂ ਨੂੰ ਸਰ ਅਸੀਂ ਸਰਕਾਰ ਕੋਲੇ ਨਹੀਂ ਜਾਣਾ ਉਹ ਸਰਕਾਰ ਜਿਹੜੀ ਓਐਸਡੀਆਂ ਦੇ ਉੱਤੇ ਕਰੋੜਾਂ ਰੁਪਇਆ ਖਰਚ ਕਰ ਸਕਦੀ ਅਸੀਂ ਜਾਣਾ ਹੀ ਨਹੀਂ ਗਾ ਮੈਂ ਝੂਠੀ ਗੱਲ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਫਾਈਲ ਤੇ ਅਪਰੂਵ ਸਰਟਨ ਰੂਲਸ ਐਂਡ ਦੀ ਕੰਡਕਟ ਫਿਰ ਤੁਸੀਂ ਮੈਨੂੰ 3 ਵਜੇ ਤੋਂ ਬਾਅਦ 2:30 ਵਜੇ ਤੋਂ ਬਾਅਦ ਹੁਣ ਕਿਉਂ ਸੱਦਿਆ ਜੀ ਮੈਂ ਇਸ ਕਰਕੇ ਸੱਦਿਆ ਤੁਹਾਨੂੰ ਮੈਂ ਇਸ ਕਰਕੇ ਸੱਦਿਆ ਕਿ ਮੈਂ ਉਦੋਂ ਤੱਕ ਇੱਕ ਤਾਂ ਮੈਂ ਮੰਤਰੀ ਜੀ ਨਾਲ ਗੱਲ ਕਰਾਂ ਪਹਿਲਾਂ ਤਾਂ ਮੈਨੂੰ ਹਾਈਕੋਰਟ ਜਾਣਾ ਸੀਗਾ ਠੀਕ ਹੈ ਜੀ ਔਰ ਇਤਨੀ ਉਸ ਵੇਲੇ ਇੰਨਾ ਟਾਈਮ ਨਹੀਂ ਸੀਗਾ ਕਿ ਇਤਨੀ ਤਸੱਲੀ ਨਾਲ ਗੱਲ ਕੀਤੀ ਜਾ ਸਕੇ ਮੈਨੂੰ ਆਪਣਾ ਰੂਲ ਪ੍ਰੋਸੀਜਰ ਵੀ ਕਨਫਰਮ ਕਰਨਾ ਸੀਗਾ ਕ੍ਰਿਸ਼ਨ ਕੁਮਾਰ ਜੀ ਪਲੀਜ਼ ਤੁਸੀਂ ਇਹਨਾਂ ਬੀ ਪੋਜ਼ਿਟਿਵ ਬ੍ਰਦਰ ਅੱਜ ਸਿੱਖਿਆ ਟੀਚਰ ਸਿੱਖਿਆ ਮਹਿਕਮੇ ਦੇ ਅੰਦਰ ਲੋਕ ਤੁਹਾਡੇ ਤੋਂ ਤਰਾਈ ਤਰਾਈ ਕਰ ਰਹੇ ਮੇਰੇ ਬ੍ਰਦਰ ਪਲੀਜ਼ ਮੇਰੀ ਸਮਝ ਹੈ ਜੀ ਦੋਨੋਂ ਗੱਲਾਂ ਦਾ ਮੈਂ ਜਵਾਬ ਦੇਣਾ ਜਿੱਥੇ ਤੱਕ ਇਹ ਤੁਸੀਂ ਕਿਹਾ ਕਿ ਜੀ ਤੁਸੀਂ ਮੈਨੂੰ ਵੇਟ ਕਿਉਂ ਕਰਾਇਆ ਤੁਸੀਂ ਦੇਖ ਲਓ ਅਰਾਊਂਡ 3 ਵਜੇ ਕੇ ਆਸ ਪਾਸ ਮੈਂ ਤੁਹਾਨੂੰ ਮੈਸੇਜ ਕੀਤਾ ਕਿ ਜੀ ਯੂ ਵਿਲ ਹੈਵ ਟੂ ਗਿਵ ਦੀ ਇਨਫੋਰਮੇਸ਼ਨ ਦੀ ਕੁਐਰੀ ਇਨ ਰਾਈਟਿੰਗ ਟੂ ਫੈਸੀਲੇਟ ਦੀ ਆਫਿਸ ਟੂ ਪ੍ਰੋਸੈਸ ਇਟ ਤੁਸੀਂ ਆਪਣਾ ਕਾਇੰਡਲੀ SMS ਦੇਖ ਲਓ ਜੀ ਦੈਟ ਇਜ਼ ਨੰਬਰ 1 ਨੰਬਰ 2 ਮੈਂ ਤੁਹਾਨੂੰ ਵੇਟ ਨਹੀਂ ਕਰਾਇਆ ਜੀ ਇਸ ਗੱਲ ਵਾਸਤੇ ਦੂਜੀ ਗੱਲ ਇਹ ਹੈ ਕਿ ਮੈਂ 1 ਮਿੰਟ ਵੀ ਲੇਟ ਨਹੀਂ ਹੋਇਆ ਤੁਹਾਨੂੰ ਮਿਲਣ ਵਾਸਤੇ ਮੈਂ ਸਟੇਟ ਵੇ ਆਈ ਐਮ ਕਮਿੰਗ ਫਰੋਮ ਦੀ ਹਾਈ ਕੋਰਟ ਠੀਕ ਹੈ ਜੀ ਤੀਸਰੀ ਗੱਲ ਜੋ ਤੁਸੀਂ ਕਹਿੰਦੇ ਹੋ ਪੋਜ਼ਿਟਿਵ ਵਾਸਤੇ ਜੀ ਮੈਨੂੰ ਤਾਂ ਲੱਗਦਾ ਨਹੀਂ ਹਰ ਆਦਮੀ ਨੂੰ ਵੈਸੇ ਲੱਗਦਾ ਹੈ ਨੋਬਡੀ ਕੈਨ ਸੇ ਦਿਸ ਕਿ ਵੀ ਹਰ ਕਿਸੇ ਨੂੰ ਲੱਗਦਾ ਪੋਜ਼ਿਟਿਵ ਮੈਨੂੰ ਵੀ ਲੱਗਦਾ ਕ੍ਰਿਸ਼ਨ ਕੁਮਾਰ ਜੀ ਵਾਦੇ ਨਗਾੜਾ ਹੈ ਖੁਦਾ ਤੁਸੀਂ ਕਿਸੇ ਕੋਲੋਂ ਪੁੱਛ ਲਓ ਮੈਨੂੰ ਵੀ ਅੱਜ ਮੁਲਾਜ਼ਮ ਤੁਹਾਡੇ ਮਹਿਕਮੇ ਦਾ ਮੁਲਾਜ਼ਮ ਤੁਹਾਡੇ ਤੋਂ ਕਿੰਨਾ ਕੁ ਖੁਸ਼ ਹੈਗਾ ਮੈਂ ਇਸ ਗੱਲ ਵਾਸਤੇ ਨਹੀਂ ਹੈ ਮੈਨੂੰ ਜੋ ਮੇਰੀ ਡਿਊਟੀ ਹੈ ਮੈਂ ਆਪਣੀ ਉਹ ਡਿਊਟੀ ਮੈਂ ਹੋਰ ਦੱਸਦਾ ਤੁਸੀਂ ਇੱਕ WhatsApp ਗਰੁੱਪ ਬਣਾਤਾ ਇੱਕ ਟੀਚਰ ਨੇ ਉਹ WhatsApp ਗਰੁੱਪ ਦੇ ਭੁਲੇਖੇ ਨਾਲ ਟਵਿੱਟ ਕਰ ਗਿਆ ਛੱਡ ਗਿਆ ਸਸਪੈਂਡ ਕਰਤੇ ਜੀ ਉਹ ਕਿਹਨੇ ਜੀ ਦੂਸਰੇ ਹੱਥ ਤੁਸੀਂ ਕਹਿੰਦੇ ਸਕੂਲਾਂ ਦੇ ਵਿੱਚ ਮੋਬਾਈਲ ਨਹੀਂ ਲੈ ਕੇ ਜਾ ਸਸਪੈਂਡ ਜੇ ਕੋਈ ਹੋ ਗਿਆ ਨਿਯਮ ਦੇ ਮੁਤਾਬਿਕ ਕੰਪੀਟੈਂਟ ਅਥਾਰਟੀ ਚਾਰਜਸ਼ੀਟ ਕਰੇਗੀ ਔਰ ਜੇ ਗਲਤੀ ਨਹੀਂ ਤਾਂ ਬਾਹਰ ਕਰੇਗੀ ਸਸਪੈਂਸ਼ਨ ਕੋਈ ਸਜ਼ਾ ਨਹੀਂ 2 ਮਹੀਨੇ ਸਸਪੈਂਸ਼ਨ ਕੋਈ ਸਜ਼ਾ ਨਹੀਂ ਸਰ ਤੁਸੀਂ ਗੱਲ ਨਹੀਂ ਸਮਝਦੇ 2 ਮਹੀਨੇ ਸਸਪੈਂਡ ਰਿਹਾ ਉਹ ਕਲਾਸ ਦੇ ਬੱਚੇ ਕਿਤੇ ਉਹ ਪੜਨਗੇ ਠੀਕ ਹੈ ਜੀ PTI ਵਾਲਾ ਹਿਸਾਬ ਪੜਾ ਰਿਹਾ ਅੰਗਰੇਜ਼ੀ ਵਾਲਾ ਸਾਇੰਸ ਪੜਾ ਰਿਹਾ ਪੰਜਾਬੀ ਵਾਲਾ ਅੰਗਰੇਜ਼ੀ ਪੜਾ ਰਿਹਾ ਸਕੂਲਾਂ ਦਾ ਮਿਆਰ ਸਰ ਉੱਚਾ ਚੱਕੋ ਸਾਡੀ ਹੱਥ ਜੋੜ ਬੇਨਤੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਣੀ ਜੋ ਮੇਰੀ ਕਾਬਲੀਅਤ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕੋਈ ਕਾਬਲੀਅਤ ਬਹੁਤ ਜ਼ਿਆਦਾ ਸਰ ਕਾਬਲੀਅਤ ਨੂੰ ਪੋਜ਼ਿਟਿਵ ਵਰਤੋ ਨਾ ਹਾਂ ਤੁਸੀਂ ਤੁਹਾਨੂੰ ਇਹ ਕਹਿੰਦਾ ਪੋਜ਼ਿਟਿਵ ਵਰਤੋ ਮੈਂ ਪੋਜ਼ਿਟਿਵ ਵਰਤਿਆ ਤੁਹਾਡੇ ਜੇ ਕਾਬਲੀਅਤ ਹੈਗੀ ਹੈ ਤਾਂ ਹੀ IAS ਬਣਿਓ ਤੁਸੀਂ ਮੇਰੇ ਮੁਤਾਬਿਕ ਮੇਰੇ ਤੋਂ ਜ਼ਿਆਦਾ ਪੋਜ਼ਿਟਿਵ ਬੰਦਾ ਕੋਈ ਨਹੀਂ ਹੋ ਸਕਦਾ ਤੁਸੀਂ ਗੱਲ ਸੁਣ ਨਹੀਂ ਰਹੇ ਮੈਂ ਤੁਹਾਨੂੰ ਇਹ ਕਹਿ ਰਿਹਾ ਪਹਿਲਾਂ ਵੀ ਮੈਂ ਤੁਹਾਨੂੰ ਬੇਨਤੀ ਕੀਤੀ ਸੀਗੀ ਕਿ ਇਹ ਆਪਸ਼ਨ ਹੈ ਨੋਟੀਫਿਕੇਸ਼ਨ ਦੀ ਕਾਪੀ ਤੁਹਾਨੂੰ ਦਿੱਤੀ ਗਈ ਹੈ ਮਤਲਬ ਇਹ ਇੰਟਰਪ੍ਰੀਟੇਸ਼ਨ ਗਲਤ ਹੈ ਕਿ ਇਹਨਾਂ ਦੀ ਤਨਖਾਹ ਰਿਡਿਊਸ ਕੀਤੀ ਗਈ ਹੈ ਦੇਰ ਇਜ਼ ਐਨ ਆਪਸ਼ਨ ਜਿਹੜੇ ਬੰਦੇ ਸੋਸਾਇਟੀ 'ਚ ਰਹਿਣਾ ਚਾਹੁੰਦੇ ਉਹ ਸੋਸਾਇਟੀ 'ਚ ਇੱਕ ਨਵਾਂ ਪੈਸਾ ਉਹਨਾਂ ਦਾ ਸਟਰਗਲ ਕੀ ਸੀ ਕੀ ਜੀ ਉਹਨਾਂ ਦਾ ਪਿਛਲੇ ਲੰਬੇ ਅਰਸੇ ਤੋਂ ਸਟਰਗਲ ਕੀ ਸੀ ਸਾਨੂੰ ਪੱਕੇ ਕਰੋ ਨਹੀਂ ਉਹਨਾਂ ਦਾ ਸਟਰਗਲ ਸੀਗਾ ਜਾਂ ਨਹੀਂ ਸੀਗਾ ਇੱਕ ਮਿੰਟ ਜੀ ਤੁਸੀਂ ਪਹਿਲਾਂ ਮੇਰੀ ਇੱਕ ਗੱਲ ਦਾ ਜਵਾਬ ਦਿਓ ਸਟਰਗਲ ਸੀਗਾ ਜਾਂ ਨਹੀਂ ਸੀਗਾ ਮੇਰੀ ਗੱਲ ਮੈਨੂੰ ਵੀ ਬੇਨਤੀ ਕਰ ਲੈਣ ਦਿਓ ਜੀ 14000 ਬੰਦਾ 14484 ਬੰਦਾ ਜੋ ਹੈ 15000 ਜਿੰਨਾ ਵੀ ਹੈ ਸ਼ੁਰੂਆਤ ਦੇ ਵਿੱਚ ਅੰਦਾਜ਼ਾ ਨਾਲ 14000 ਦਾ ਹੈ ਕਿ ਉਹਨਾਂ ਨੇ ਸੋਸਾਇਟੀ ਦੇ ਵਿੱਚ ਆਏ ਸੀਗੇ ਸ਼ੁਰੂਆਤ ਦੇ ਵਿੱਚ 6000 ਬੰਦਾ ਉਸ ਤੋਂ ਬਾਅਦ ਸਰਕਾਰ ਨੇ 7 ਵਾਰ ਰਿਕਰੂਟਮੈਂਟ ਕੀਤੀ ਉਹ ਨਿਕਲ ਕੇ ਚਲਾ ਗਿਆ ਤੂੰ ਜੋ ਪਿੱਛੇ ਜੋ ਬਚ ਗਏ ਉਹ ਬਚ ਗਏ ਉਹਦਾ ਮੈਂ ਕੀ ਕਰ ਸਕਦਾ ਨਹੀਂ ਮੈਂ ਉਹੀ ਤਾਂ ਤੁਹਾਨੂੰ ਤੁਸੀਂ ਗੱਲ ਉਹਨਾਂ ਦੀ ਗੱਲ ਨਹੀਂ ਸਮਝੀ ਉਹ ਗਏ ਨਹੀਂ ਬੰਦੇ ਤਾਂ ਜਿਹੜੇ ਇਹ 8886 ਸੀ ਸਟਰਗਲ ਤਾਂ ਉਹਨਾਂ ਦਾ ਪੱਕੇ ਹੋਣ ਲਈ ਆਏ ਮੈਂ ਚਲੋ ਇਸ ਉਹਨਾਂ ਦਾ ਇਹ ਥੋੜੀ ਸੀ ਸਾਨੂੰ 42500 ਤੋਂ ਚੱਕ ਕੇ ਤੁਸੀਂ 15000 ਤੇ ਲੈ ਦੇਖੋ ਗੱਲ ਇਹ ਹੈ ਜੀ ਮੈਨੂੰ ਤਨਖਾਹ ਮਿਲਦੀ ਹੈ ਮੇਰਾ ਮਾਈਂਡ ਅਪਲਾਈ ਕਰਨ ਕਰਕੇ ਮੈਨੂੰ ਤਨਖਾਹ ਇਸੀ ਗੱਲ ਦੀ ਮਿਲਦੀ ਹੈ ਵਿਦ ਬੈਸਟ ਆਫ ਮਾਈ ਕੈਪੇਬਿਲਿਟੀਜ਼ ਆਈ ਅਪਲਾਈ ਮਾਈ ਮਾਈਂਡ ਔਰ ਜੇ ਮੇਰੇ ਕਿਸੇ ਅਪਰੋਜ਼ਲ ਮੇਰੇ ਕਿਸੇ ਪ੍ਰੋਪੋਜ਼ਲ ਮੈਂ ਤੁਹਾਨੂੰ ਲਿਖ ਕੇ ਦੇ ਜਾਣਾ ਮੈਂ ਕੱਲ ਨੂੰ ਤੁਸੀਂ ਮੈਨੂੰ ਨਹੀਂ ਦਿਓਗੇ ਤੁਸੀਂ ਮੰਤਰੀ ਦਾ ਕਹਿੰਦਾ ਤੂੰ ਮੰਤਰੀ ਕੋਲੇ ਜਾ ਮੈਂ ਮੰਤਰੀ ਦੇ ਦਫ਼ਤਰ ਬਾਹਰ ਬਹਿ ਜਾਣਾ ਬਿਲਕੁਲ ਜੀ ਬਿਲਕੁਲ ਮੈਂ ਕਹਿ ਦੇਣਾ ਵੀ ਮੈਨੂੰ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਮੰਤਰੀ ਕੋਲੇ ਜਾਓ ਤੇ ਮੈਂ ਮੰਤਰੀ ਦੇ ਦਰ ਮੋਹਰੇ ਬਹਿ ਜੂ ਜਾ ਕੇ ਮੈਨੂੰ ਕੋਈ ਇਤਰਾਜ਼ ਨਹੀਂ ਫਿਰ ਜੇ ਇਸ ਗੱਲ ਤੇ ਆਏ ਹੋ ਤਾਂ ਮੈਂ ਇਹ ਕਰ ਸਕਦਾ ਮੈਨੂੰ ਰਾਈਟਿੰਗ ਦੇ ਦੇ ਦੇਣ ਲੱਗਾ ਮੈਨੂੰ ਰਾਈਟਿੰਗ ਦੇ ਦਿਓ ਤੁਸੀਂ ਮੈਨੂੰ ਕਹਿਤਾ ਵੀ ਮੰਤਰੀ ਕੋਲੇ ਜਾਈ ਮੈਂ ਤੁਹਾਨੂੰ ਰਾਈਟਿੰਗ ਦੇਤੀ ਮੈਨੂੰ ਨੰਬਰ ਨੂੰ ਨਾਮ ਮਿਲਿਆ ਮੈਂ ਕਹੂੰਗਾ ਵੀ ਕ੍ਰਿਸ਼ਨ ਕੁਮਾਰ ਨੇ ਕਿਹਾ ਵੀ ਜਾ ਕੇ ਮੰਤਰੀ ਦੇ ਦਫ਼ਤਰ ਬਾਹਰ ਬਹਿ ਜਾਓ ਜਾ ਕੇ ਨਹੀਂ ਮੈਂ ਇਹ ਨਹੀਂ ਕਹਿੰਦਾ ਬੈਠੋ ਤੁਸੀਂ ਇਹੀ ਗੱਲ
ਇਸ ਮੌਕੇ ਬੈਂਸ ਨੇ ਕਿਹਾ ਕਿ ਜੋ ਅਧਿਆਪਕਾਂ ਦੀਆਂ ਤਨਖਾਹਾਂ ਘਟਾਈਆਂ ਗਈਆਂ ਨੇ ਇੱਕ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ ਪਰ ਸਰਕਾਰ ਕਹਿੰਦੀ ਹੈ ਕਿ 94% ਅਧਿਆਪਕਾਂ ਦੀ ਪ੍ਰਵਾਨਗੀ ਤੇ ਫੈਸਲਾ ਲਿਆ ਗਿਆ ਹੈ ਪਰ ਅਧਿਆਪਕ ਕਹਿੰਦੇ ਨੇ ਸਾਡੇ ਤੋਂ ਕੋਈ ਵੀ ਪ੍ਰਵਾਨਗੀ ਨਹੀਂ ਲਏਗੀ ਬੈਂਸ ਨੇ ਕਿਹਾ ਕਿ ਜੇਕਰ ਮੈਨੂੰ ਪ੍ਰਵਾਨਗੀ ਵਾਲਾ ਡਾਟਾ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਿੱਖਿਆ ਮੰਤਰੀ ਦੇ ਦਫ਼ਤਰ ਦੇ ਬਾਹਰ ਜਾ ਕੇ ਬੈਠਾਂਗਾ ਮੈਂ ਅੱਜ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਡੇ ਪੰਜਾਬ ਦੇ ਸਿੱਖਿਆ ਸਕੱਤਰ ਹੈਗੇ ਜਿਨ੍ਹਾਂ ਨੇ ਇੱਕ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜੀ ਉਹ ਪ੍ਰਪੋਜ਼ਲ ਜਿਹੜੀ ਸਾਡੇ ਟੀਚਰਾਂ ਵਾਸਤੇ ਨਹੀਂ ਗਰੀਬ ਪਰਿਵਾਰਾਂ ਵਾਸਤੇ ਵੀ ਇੱਕ ਕਾਲਾ ਕਾਨੂੰਨ ਬਣ ਗਈ ਉਹ ਇਹਨਾਂ ਨੇ ਕੈਬਨਿਟ ਨੂੰ ਜਾਣਕਾਰੀ ਦਿੱਤੀ ਉਹਦੇ 'ਚ ਇਹ ਲਿਖਤਾ ਵੀ ਮੇਰੇ ਕੋਲ ਡਾਟਾ ਹੈਗਾ ਜਿਹਦੇ ਵਿੱਚ 94% 8886 ਅਧਿਆਪਕਾਂ ਨੇ ਮੈਨੂੰ ਪ੍ਰਵਾਨਗੀ ਦਿੱਤੀ ਹੈ ਵੀ ਸਾਡੀ ਤਨਖਾਹ 42,500 ਤੋਂ ਘਟਾ ਕੇ ਬੇਸਿਕ ਕਰ ਦਿਓ ਬੇਸਿਕ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਉਹ ਡਾਟਾ ਜਿਹੜਾ ਜਦੋਂ ਮੈਂ ਟੀਚਰਸ ਕੋਲ ਜਾ ਕੇ ਉਹ ਕਹਿੰਦੇ ਅਸੀਂ ਤਾਂ ਕਿਸੇ ਨੇ ਪ੍ਰਵਾਨਗੀ ਦਿੱਤੀ ਨਹੀਂ ਗੀ ਅਤੇ ਉਸੇ ਡਾਟੇ ਦੇ ਆਧਾਰ 'ਤੇ ਪੰਜਾਬ ਦੀ ਕੈਬਨਿਟ ਨੇ ਫੈਸਲਾ ਲੈ ਲਿਆ ਮੁੱਖ ਮੰਤਰੀ ਸਾਹਿਬ ਵਾਰ ਵਾਰ ਪ੍ਰੈਸ ਦੇ ਵਿੱਚ ਕਹਿ ਰਹੇ ਆ ਕਿ ਸਾਡੇ ਕੋਲ ਡਾਟਾ ਪ੍ਰਵਾਨਗੀ ਦਾ 94% ਟੀਚਰਾਂ ਨੇ ਪ੍ਰਵਾਨਗੀ ਦਿੱਤੀ ਆ ਉਹ ਡਾਟਾ ਸਾਡੇ ਕੋਲ ਮੌਜੂਦ ਆ ਵਿੱਦਿਆ ਮੰਤਰੀ ਜੀ ਕਹਿ ਰਹੇ ਆ ਸੋ ਹੁਣ ਸਮਝ 'ਚ ਨਹੀਂ ਆ ਰਿਹਾ ਕਿ ਆਇਆ ਇਹ ਡਾਟਾ ਜਿਹੜਾ ਇਹ ਦੇਸ਼ ਜਾਂ ਸੂਬੇ ਦੀ ਸੁਰੱਖਿਆ ਨਾਲ ਸੰਬੰਧਿਤ ਆ ਮੈਂ ਦੂਸਰੀ ਵਾਰੀ ਇਹਨਾਂ ਦੇ ਦਫ਼ਤਰ ਆਇਆ ਮੈਂ ਵੀ ਉਹਨਾਂ ਲੀਡਰਾਂ ਵਾਂਗੂ ਰਾਜਪਾਲ ਕੋਲ ਜਾ ਸਕਦਾ ਸੀ ਰਵੈਤੀ ਜਿਹੜੇ ਸਿਰਫ ਫੋਟੋ ਲਵਾਉਣ ਦਾ ਸ਼ੌਕ ਰੱਖਦੇ ਅਖਬਾਰਾਂ ਦੇ ਵਿੱਚ ਕਾਰਵਾਈ ਪਾਉਣ ਦਾ ਵੀ ਰਾਜਪਾਲ ਨੂੰ ਚਿੱਠੀ ਦੇ ਆਏ ਜੀ ਮੈਂ ਇਸੇ ਕਰਕੇ ਕ੍ਰਿਸ਼ਨ ਕੁਮਾਰ ਜੀ ਕੋਲ ਆਇਆ ਸਮਾਜਿਕ ਬੇਨਤੀ ਵੀ ਕੀਤੀ ਆ ਵੀ ਤੁਹਾਡਾ ਨਾਮ ਭਗਵਾਨ ਕ੍ਰਿਸ਼ਨ ਦੇ ਨਾਮ ਤੋਂ ਆ ਭਗਵਾਨ ਕ੍ਰਿਸ਼ਨ ਤਾਂ ਤਾਰ ਕੇ ਗਏ ਸੀ ਤੁਸੀਂ ਪੰਜਾਬ ਦੇ ਸਿੱਖਿਆ ਤਾਣੇ ਬਾਣੇ ਨੂੰ ਡੋਬਣ ਲੱਗੇ ਹੋਏ ਹੋ ਅੱਜ ਸਾਡੇ ਟੈਟ ਪਾਸ ਨੌਜਵਾਨ ਬੱਚੇ ਬੱਚੀਆਂ ਪਾਟੀਆਂ ਦਰੀਆਂ ਦੇ ਪਟਿਆਲੇ 'ਚ ਬੈਠੇ ਆ ਬੱਚੇ ਘਰਾਂ ਦੇ ਵਿੱਚ ਬੈਠੇ ਆ ਗਰੀਬਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇਣ ਲਈ ਪੈਸੇ ਹੈ ਨਹੀਂ ਗੇ ਅੱਜ ਜਾਂ ਤਾਂ ਜਿਹੜਾ ਡਾਟਾ ਜਿਹੜਾ ਮੈਨੂੰ ਮੁਹੱਈਆ ਨਹੀਂ ਕਰਾਇਆ ਮੈਨੂੰ ਕਹਿੰਦੇ ਲਿਖ ਕੇ ਦੇ ਦਿਓ ਮੈਂ ਦੂਜੀ ਵਾਰੀ ਦਫ਼ਤਰ ਦੇ ਵਿੱਚ ਆਇਆ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਜੀ ਝੂਠ ਬੋਲਦੇ ਆ ਪੰਜਾਬ ਦੇ ਵਿੱਦਿਆ ਮੰਤਰੀ ਜੀ ਝੂਠ ਬੋਲਦੇ ਆ ਅਤੇ ਜਾਂ ਫਿਰ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਜਿਹੜੇ ਭਗਵਾਨ ਕ੍ਰਿਸ਼ਨ ਦੇ ਨਾਮ ਨੂੰ ਕਹੂੰਗਾ ਲਾਜ ਲਾਉਣ ਲੱਗੇ ਹੋਏ ਆ ਜਾਂ ਇਹ ਝੂਠ ਬੋਲਦੇ ਆ ਸੋ ਮੈਂ ਇਹਨਾਂ ਨੂੰ ਸਮਾਜਿਕ ਬੇਨਤੀ ਕੀਤੀ ਆ ਵੀ ਪ੍ਰਪੋਜ਼ਲ ਚੱਜ ਦੀ ਬਣਾ ਕੇ ਭੇਜ ਲਓ ਪੰਜਾਬ ਦੇ ਸਕੂਲਾਂ ਦੀ ਦੁਰਦਸ਼ਾ ਕੈਸੀ ਆ ਪੰਜਾਬ ਦੇ ਸਕੂਲਾਂ ਦੀ ਦੁਰਦਸ਼ਾ ਪੀਟੀ ਵਾਲਾ ਮਾਸਟਰ ਜਿਹੜਾ ਉਹ ਅੰਗਰੇਜ਼ੀ ਪੜ੍ਹਾ ਰਿਹਾ ਪੰਜਾਬੀ ਵਾਲਾ ਮਾਸਟਰ ਮੈਥ ਪੜ੍ਹਾ ਰਿਹਾ ਸੋਸ਼ਲ ਸਟੱਡੀ ਵਾਲਾ ਮਾਸਟਰ ਸਾਇੰਸ ਪੜ੍ਹਾ ਰਿਹਾ ਅੱਜ ਪੰਜਾਬ ਦਾ ਸਿੱਖਿਆ ਤਾਣਾ ਬਾਣਾ ਮੇਰਾ ਕਿਸੇ ਪੋਲੀਟੀਸ਼ੀਅਨ ਦਾ ਕਿਸੇ ਸਰਕਾਰੀ ਮੁਲਾਜ਼ਮ ਕਿਸੇ ਅਫਸਰ ਦਾ ਬੱਚਾ ਸਕੂਲ 'ਚ ਨਹੀਂ ਗਰੀਬ ਦੇ ਬੱਚੇ ਸਕੂਲ ਦੇ ਵਿੱਚ ਆ ਗਰੀਬ ਦੇ ਬੱਚੇ ਦੀ ਪੜ੍ਹਾਈ ਵਾਸਤੇ ਸਰਕਾਰ ਕੋਲ ਪੈਸੇ ਹੈ ਨਹੀਂ ਅਤੇ ਮੁੱਖ ਮੰਤਰੀ ਕੋਲ ਓਐਸਡੀਆਂ ਦੇ ਉੱਤੇ ਖਰਚਣ ਵਾਸਤੇ ਕਰੋੜਾਂ ਰੁਪਈਆ ਹੈਗਾ ਓਐਸਡੀਆਂ ਦੀ ਫੌਜ ਨੂੰ ਸਰਕਾਰੀ ਕੋਠੀਆਂ ਦੇਣ ਵਾਸਤੇ ਵੱਡੀਆਂ ਕਾਰਾਂ ਦੇਣ ਵਾਸਤੇ ਪੈਸੇ ਹੈਗੇ ਅਤੇ ਗਰੀਬ ਦੇ ਬੱਚੇ ਦੀ ਸਿੱਖਿਆ ਵਾਸਤੇ ਪੈਸੇ ਨਹੀਂ ਸੋ ਮੈਂ ਚਿੱਠੀ ਦੇ ਆਇਆ ਕਹਿੰਦੇ ਜੀ ਵਿੱਦਿਆ ਮੰਤਰੀ ਤੋਂ ਮੈਂ ਪ੍ਰਵਾਨਗੀ ਲਊਂਗਾ ਜੇ ਮੈਨੂੰ ਪ੍ਰਵਾਨਗੀ ਇਹਨਾਂ ਨੇ ਮੈਨੂੰ ਡਾਟਾ ਮੁਹੱਈਆ ਨਾ ਕਰਾਇਆ ਅਤੇ ਮੈਂ ਅਗਲਾ ਪ੍ਰੋਗਰਾਮ ਮੰਤਰੀ ਜੀ ਦੇ ਦਫ਼ਤਰ ਬਾਹਰ ਜਾ ਕੇ ਬੈਠੂੰਗਾ ਕਿਉਂਕਿ ਇਹਨਾਂ ਨੇ ਪੱਲਾ ਝੜ ਰਿਹਾ ਵੀ ਮੰਤਰੀ ਕੋਲ ਮੇਰੇ ਵਾਸਤੇ ਕਿਸੇ ਮੰਤਰੀ ਕਿਸੇ ਮੁੱਖ ਮੰਤਰੀ ਦੀ ਦਫ਼ਤਰ ਦੇ ਬਾਹਰ ਜਾ ਕੇ ਬੈਠਣਾ ਗਰੀਬ ਦੇ ਬੱਚਿਆਂ ਵਾਸਤੇ ਅਤੇ ਸਰਕਾਰੀ ਸਕੂਲਾਂ ਦੇ ਟੀਚਰਾਂ ਦੇ ਹੱਕ ਤੇ ਹਿੱਤਾਂ ਵਾਸਤੇ ਕੋਈ ਮਾਣਾ ਨਹੀਂ ਰੱਖਦਾ ਬੈਠਾਂਗਾ ਜਾ ਕੇ ਹੁਣ ਵੇਖਣਾ ਹੋਵੇਗਾ ਕਿ ਬੈਂਸ ਨੂੰ ਅਧਿਆਪਕਾਂ ਦਾ ਡਾਟਾ ਦਿੱਤਾ ਜਾਵੇਗਾ ਜਾਂ ਨਹੀਂ ਜਾਂ ਬੈਂਸ ਸਿੱਖਿਆ ਮੰਤਰੀ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਚੈਨਲ ਪੰਜਾਬ